ਸਵਾਗਤ ਹੈ ਤੁਹਾਡਾ ਘਰ ਵਿੱਚ ਕਰਨ ਵਾਲੀ ਕਸਰਤਾਂ ਵਿੱਚ, ਜੋ ਕਿ ਸੇਲ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਇਸ ਦਾ ਮਕਸਦ ਹੈ ਘਰ ਵਿੱਚ ਕਸਰਤ ਕਰਕੇ ਆਪਣੇ ਆਪ ਨੂੰ ਗਿਰਨ ਤੋਂ ਬਚਾਉਣਾ। ਇਸ ਵੀਡੀਓ ਦਾ ਮਕਸਦ ਹੈ ਕਿ ਘਰ ਹੀ ਮਰੀਜ਼ ਬੈਠ ਕੇ ਸਾਰੀ ਕਸਰਤਾਂ ਕਰ ਸਕੇ, ਜਿਵੇਂ ਕਿ ਪਰਚੇ 'ਤੇ ਲਿਖਿਆ ਹੈ। ਕਸਰਤ ਕਰਨ ਦੇ ਨਾਲ ਤੁਸੀਂ ਆਪਣੇ ਦਿਮਾਗ, ਦਿਲ ਅਤੇ ਫੇਫੜੇ ਨੂੰ ਸਹੀ ਰੱਖ ਸਕਦੇ ਹੋ। ਇਹ ਮਾਸਪੇਸ਼ੀਆਂ ਅਤੇ ਜੋੜਾਂ ਲਈ ਵੀ ਕਾਫੀ ਫਾਇਦੇਮੰਦ ਹੈ। ਕਸਰਤਾਂ ਰਾਹੀਂ ਤੁਸੀਂ ਆਪਣੇ ਅੰਦਰ ਇਹਨਾਂ ਚੀਜ਼ਾਂ ਵਿੱਚ ਸੁਧਾਰ ਦੇਖੋਗੇ। ਦਿਮਾਗ, ਪੱਠੇ ਅਤੇ ਜੋੜ, ਇਮਿਊਨ ਸਿਸਟਮ, ਦਿਲ ਅਤੇ ਫੇਫੜੇ, ਜਿਸ ਨਾਲ ਤੁਹਾਡੀਆਂ ਇਹਨਾਂ ਚੀਜ਼ਾਂ ਵਿੱਚ ਸੁਧਾਰ ਹੁੰਦਾ ਹੈ। ਤਾਕਤ, ਨੀਂਦ, ਸੰਤੁਲਨ, ਮੂਡ, ਸਾਹ ਲੈਣਾ, ਸ਼ਕਤੀ, ਸੋਚਣਾ, ਪਖਾਣਾ, ਘੱਟ ਕਬਜ਼, ਜਿਸ ਨਾਲ ਤੁਹਾਨੂੰ ਇਹਨਾਂ ਗੱਲਾਂ ਵਿੱਚ ਮਦਦ ਮਿਲਦੀ ਹੈ। ਘਰ ਵਿੱਚ ਰਹਿਣਾ ਤੁਹਾਡੀ ਆਜ਼ਾਦੀ ਕਾਇਮ ਰੱਖਣ ਵਿੱਚ, ਕੇਅਰ ਹੋਮ ਵਿੱਚ ਜਾਣ ਤੋਂ ਬਚਣ ਜਾਂ ਦੇਰੀ ਕਰਵਾਉਣ ਵਿੱਚ, ਤੁਹਾਡੇ ਪਰਿਵਾਰ ਦੇ ਘੱਟ ਬੋਝ ਪਾਉਣ ਵਿੱਚ, ਵਧੀਆ ਤਰੀਕੇ ਨਾਲ ਬਿਰਧ ਹੋਣਾ, ਭੁੱਲਣ ਦੀ ਬਿਮਾਰੀ ਅਤੇ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਪੁਰਾਣੀਆਂ ਬਿਮਾਰੀਆਂ ਨਾਲ ਵੀ ਚੰਗੀ ਤਰ੍ਹਾਂ ਰਹਿਣ ਵਿੱਚ ਮਦਦ ਕਰਦੀ ਹੈ। ਸ਼ੁਰੂ ਕਰਨ ਵਿੱਚ ਮਦਦ ਲਈ ਕੁਝ ਸੁਝਾਓ। ਇਹ ਕਸਰਤਾਂ ਕਿਸੇ ਦੋਸਤ, ਗੁਆਂਢੀ ਜਾਂ ਪਰਿਵਾਰ ਦੇ ਮੈਂਬਰ ਨਾਲ ਕਰੋ। ਨਿਯਮ ਬਣਾਓ, ਹਰ ਰੋਜ਼ ਇੱਕ ਸਮੇਂ ਅਤੇ ਇੱਕੋ ਥਾਂ 'ਤੇ ਕਸਰਤ ਕਰੋ। ਕਸਰਤਾਂ ਥੋੜ੍ਹੇ ਸਮੇਂ ਲਈ ਕਰੋ, ਪਰ ਜ਼ਿਆਦਾ ਵਾਰੀ ਕਰੋ, ਜਿਵੇਂ ਕਿ 5 ਮਿੰਟ ਦਿਨ ਵਿੱਚ 3-4 ਵਾਰੀ। ਰਿਕਾਰਡ ਰੱਖੋ ਕਿ ਤੁਸੀਂ ਹਰ ਕਸਰਤ ਕਿੰਨੀ ਵਾਰੀ ਕੀਤੀ ਹੈ। ਸੇਲ ਹੋਮ ਐਕਟੀਵਿਟੀ ਪ੍ਰੋਗਰਾਮ ਟਰੈਕਰ ਤੁਹਾਡੀ ਮਦਦ ਕਰ ਸਕਦਾ ਹੈ।